ਕਹਿੰਦਾ ਨਹੀਂ ਪੀਜ਼ਾ ਬਣ ਜਾਂਦਾ 15 ਮਿੰਟ ਹੋ ਗਏ ਨੇ ਫਲਾਈਟ ਹੋਣਾ ਬਸ ਲੈਂਡ ਹੋਣ ਵਾਲੀ ਇੱਥੇ ਹਾਂਜੀ ਅਸਲਾਮ ਅਲੈਕੁਮ ਅਸੀਂ ਅੱਜ ਫਿਰ ਨਿਕਲ ਆਏ ਹਾਂ ਉੱਥੋਂ ਸਵੇਰ ਤਕਰੀਬਨ 5:30-6 ਵਜੇ ਨਿਕਲਿਆ 6 ਵਜੇ ਨਿਕਲ ਕੇ ਹੁਣ ਜਾਣੇ ਪਏ ਹੁਣ ਬਸ ਬਾਰਡਰ ਦੇ ਨੇੜੇ ਲੱਗੇ ਹਾਂ ਅਤੇ ਹੈ ਨਾਲ ਏਅਰਪੋਰਟ ਅਤੇ ਖੰਬੇ ਬੱਸ ਅਤੇ ਹੁਣ ਬਸ ਜਾ ਕੇ ਹੁਣ ਨੀਂਦਰ ਸ਼ਿੰਦਰ ਪੂਰੀ ਹੋ ਗਈ ਸੀ 11-12 ਘੰਟੇ ਦੀ ਰੈਸਟ ਕੀਤੀ ਅਤੇ 12 ਘੰਟੇ ਰੈਸਟ ਕਰਕੇ ਨਿਕਲਿਆ ਤਾਂ ਹੁਣ ਫਿਰ ਮੈਂ ਚਲੋ ਹੁਣ ਇਹਦੇ ਨਾਲ ਪੀਜ਼ਾ ਪੀ ਆ ਸਾਡਾ ਤਾਂ ਰਦਾ ਨਹੀਂ ਪੀਜ਼ਾ ਬਣ ਜਾਂਦਾ 15 ਮਿੰਟ ਹੋ ਗਏ ਨੇ ਅਤੇ ਉਹ ਵੀ ਰਾਹ ਦੇ ਨਹੀਂ ਰਿਹਾ ਅਤੇ ਚਲੋ ਅਸਾਂ ਆਖਿਆ ਨਾ ਦੇ ਰਾਹ ਅੱਗੇ ਮੈਂ ਤੁਹਾਨੂੰ ਦੱਸ ਰਿਹਾ ਸਾਂ ਟਰੱਕ ਰਾਹ ਨਹੀਂ ਦੇ ਰਿਹਾ ਸੀ ਮੈਨੂੰ 15 ਮਿੰਟ ਹੋ ਗਏ ਨੇ ਹੁਣ ਅੱਗੇ ਟਰੱਕ ਮੱਠਾ ਆ ਗਿਆ ਹੁਣ ਇਹਨੂੰ ਮੈਂ ਦਲੀਲ ਕਰਨਾ ਹੁਣ ਮੈਂ ਇਹਦੇ ਨਾਲ ਜੋੜ ਲੈਣਾ ਉਹਨੂੰ ਆਵਾਜ਼ਦਾਰੀ ਹੋਣੀ ਹੈ ਵੇਖਿਓ ਮੱਠਾ ਕੀਤਾ ਸੂ ਹੁਣ ਮੈਂ ਇੱਥੇ ਬ੍ਰੇਕਾਂ ਮਾਰਦੀਆਂ ਨੇ ਤਾਂ ਕਿ ਇਹਨੂੰ ਦਲੀਲ ਹੋਵੇ ਇਹਨੂੰ ਇੱਧਰ ਨਹੀਂ ਆਉਣ ਦੇਣਾ ਚੈੱਕ ਕਰੋ ਮੈਂ ਵੀ ਅਸੀਂ ਇਹਦੇ ਕਰ ਲਿਆ ਘੰਟਾ ਹੋ ਗਿਆ ਸੀ ਰਾਹ ਮੈਨੂੰ ਨਹੀਂ ਦਿੰਦਾ ਪਿਆ ਟਰੱਕ ਵਾਲੇ ਪੂਰਾ ਦਲੀਲ ਕਰਨਾ ਚੈੱਕ ਕਰੋ ਤਾਂ ਦਿਲ ਕਰਦਾ ਪਿਆ ਹੁਣ ਇੱਧਰ ਬੜਾ ਮਤਲਬ ਮੈਂ ਹੁਣ ਇਹਦੀ ਅਸੀਂ ਸਪੀਡ ਮੈਂ ਵੀ 84-85 ਦੀ ਕੀਤੀ ਹੈ ਮੈਂ 90 ਦਾ ਕਰਕੇ ਲੰਘ ਸਕਦਾ ਪਰ ਨਹੀਂ ਮੈਂ ਕਿਹਾ ਇਹਨੂੰ ਪੂਰਾ ਇੰਜ ਨਾ ਸਬਕ ਸਮਾਨ ਹੈ ਕਿਸੇ ਨੂੰ ਰਾਹ ਦੇਈਦਾ ਉਹ ਚੈੱਕ ਕਰੋ ਲੰਮਾ ਪਏ ਮੈਂ ਵੀ ਇਹਦੇ ਨਾਲ ਜੋੜ ਲਏ ਆ ਮੈਂ ਵੀ ਆਖਿਆ ਮੈਂ ਵੀ ਸਾਰਾ ਲਾਗ ਵਿੱਚ ਵੜਦਾ ਪਿਆ ਹੈ ਚਲੋ ਨਿਕਲ ਚੱਲੀ ਆ ਬਾਰਡਰ ਕ੍ਰੋਸ ਕੀਤਾ ਦੇਖੋ ਟਰੱਕਾਂ ਦਾ ਨਾ ਜਿਹਨੂੰ ਹੈਵਨ ਆਉਂਦੇ ਨਾ ਪੂਰਾ ਇੰਜ ਨਾ ਇਹ ਬਾਰਡਰ ਦੇ ਉੱਤੇ ਪਿੰਡ ਪੂਰਾ ਸ਼ਹਿਰ ਵਸਿਆ ਟਰੱਕਾਂ ਦਾ ਵਾਸਤੇ ਪਾਰਕਿੰਗ ਹੀ ਪਾਰਕਿੰਗ ਹੈ ਇਤਨੇ ਟਰੱਕ ਰਾਤੀ ਖੜਾਉਂਦੇ ਨੇ ਦਿਨੇ ਵੀ ਇੱਥੇ ਟਰੈਕਿੰਗ ਫੁੱਲ ਹੁੰਦੇ ਆ ਹੁਣ ਚੈੱਕ ਕਰੋ ਅੱਗੇ ਫਿਰ ਆ ਇਹ ਪੂਰਾ ਇੱਕ ਸਾਹ ਦਾ ਹਵਾਂਗੇ ਰਾਹ ਇਹਦਾ ਨਾ ਜੌਂਕੇ ਰਾਹ ਜਾਂ ਹਵਾਂਗੇ ਰਾਹ ਜਿਹਦਾ ਭਰੇ ਆਪੇ ਆਉਂਦਾ ਰਾਤ ਨੂੰ ਇੱਥੇ ਹਾਲਾਂਕਿ ਸ਼ਾਪਿੰਗ ਮਾਲ ਬਣੇ ਨੇ ਸਭ ਕੁਛ ਬਣੇ ਆ ਸਿਰਫ ਟਰੱਕਾਂ ਵਾਸਤੇ ਪਿੰਡ ਇੱਥੇ ਜਿਹੜੇ ਬੰਦੇ ਕੰਮ ਕਰਦੇ ਨੇ ਸਿਰਫ ਹੁਣ ਹੁਣ ਵੇਲੇ ਅੱਗੇ ਫਿਰ ਆ ਗਈ ਪਾਰਕਿੰਗ ਪੂਰੇ ਪਿੰਡ 'ਚ ਪਾਰਕਿੰਗ ਹੀ ਪਾਰਕਿੰਗ ਹੈ ਵੇ ਹੁਣ ਇਹ ਵੀ ਪਾਰਕਿੰਗ ਹੈ ਸਾਰੀ ਪਾਰਕਿੰਗ ਤੋ ਰੰਗਾਂ ਦੇ ਅੱਗੇ ਤਾਂ ਬਹੁਤ ਵੱਡੀ ਪਾਰਕਿੰਗਾਂ ਨੇ ਅਤੇ ਅਜੇ ਵੀ ਬੜੀਆਂ ਵੱਡੀਆਂ ਸਰ ਮਗਰ ਅੱਗੇ ਹੋਰ ਬਹੁਤ ਜ਼ਿਆਦਾ ਵੱਡੀਆਂ ਪਾਰਕਿੰਗਾਂ ਨੇ ਇਹ ਤਾਂ ਦੂਸਰਾ ਨੰਬਰ ਐਗਜ਼ਿਟ ਇੱਕ ਐਗਜ਼ਿਟ ਪਿਛਲਾ ਸੀ ਅਤੇ ਦੂਸਰਾ ਐਗਜ਼ਿਟ ਤਾਂ ਪਿੰਡ ਪੂਰਾ ਇਸ ਪਿੰਡ ਵਿੱਚ ਕੰਮ ਹੀ ਸਾਰਾ ਟਰਾਂਸਪੋਰਟ ਵਾਲਿਆਂ ਦਾ ਫਿਰ ਟਰੱਕ ਕੰਮ ਤਾਂ ਨਹੀਂ ਮਗਰ ਪਾਰਕਿੰਗ ਇੱਥੇ ਟਰੱਕਾਂ ਨੂੰ ਲਾਉਂਦੇ ਨੇ ਉਹਨਾਂ ਦਾ ਰੁਜ਼ਗਾਰ ਟਰੱਕਾਂ ਵਾਲੇ ਡਰਾਈਵਰਾਂ ਨਾਲ ਹੀ ਚੱਲਦਾ ਜਦ ਹੁਣ ਫਿਰ ਅੱਗੇ ਪਾਰਕਿੰਗ ਅੱਗੇ ਮੈਂ ਤੁਹਾਨੂੰ ਫਿਰ ਵਹਾਣਾ ਅਸੀਂ ਇਸ ਪਾਣੀਆਂ ਕਤਲੋਣੀਆਂ 'ਚ ਆ ਗਏ ਹਾਂ ਪੁਰਤਾ ਕਤਲੋਣੀਆਂ ਸ਼ੁਰੂ ਹੋ ਗਿਆ ਤੁਸੀਂ ਪੁਰਤਾ ਕਤਲੋਣੀਆਂ ਇੱਥੋਂ ਕਤਲੋਣੀਆਂ ਨਾਲ ਪੁਰਤਾ ਕਤਲੋਣੀਆਂ ਦਾ ਦਰਵਾਜ਼ਾ ਅਤੇ ਹੁਣ ਤਾਂ ਮੈਂ ਚੈੱਕ ਕਰਾਵਾਂ ਇੱਧਰ ਵੀ ਪਾਰਕਿੰਗ ਹੁਣ ਅੱਗੇ ਦਰਖਤ ਨੇ ਨਜ਼ਰ ਨਹੀਂ ਆ ਰਹੇ ਉਹ ਸਾਹਮਣੇ ਵੀ ਪਾਰਕਿੰਗ ਇਹ ਤਾਂ ਇੱਥੇ ਸਾਹਮਣੇ ਵੀ ਪਾਰਕਿੰਗ ਹੈ ਸਾਹਮਣੇ ਸ਼ਾਪਿੰਗ ਮਾਲ ਬਹੁਤ ਵੱਡਾ ਬਣਿਆ ਨਾਲ ਕੰਸਟਰਕਸ਼ਨ ਜਾਰੀ ਹੋਰ ਬਣ ਰਿਹਾ ਇਹ ਵੀ ਪਾਰਕਿੰਗ ਹੈ ਥੱਲੇ ਨਾਲ ਵੀ ਬਿਲਕੁਲ ਜੋੜ ਕੇ ਵੀ ਪਾਰਕਿੰਗ ਇਹ ਵੀ ਪਾਰਕਿੰਗ ਪੂਰੀ ਹੈ ਸਮਝੋ ਪਾਰਕਿੰਗ ਹੀ ਪਾਰਕਿੰਗ ਐਵੇਂ ਤਕਰੀਬਨ ਕਿਲੋਮੀਟਰਾਂ ਵਿੱਚ ਹੀ ਹੈ ਬਾਰਡਰ ਦੇ ਉੱਤੇ ਇੱਥੇ ਸਪੇਨ ਵਾਲੇ ਬਾਰਡਰ ਦਾ ਇਸ ਤਰ੍ਹਾਂ ਹੁੰਦਾ ਉਹ ਬਹੁਤ ਪਾਰਕਿੰਗ ਅਤੇ ਰਾਤ ਵੀਕਐਂਡ 'ਤੇ ਓਏ 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 ਇੱਥੇ ਜਗ੍ਹਾ ਨਹੀਂ ਲੱਭਦੀ ਖਲੋਣ ਨੂੰ ਕਿਉਂ ਵੀਕਐਂਡ 'ਤੇ ਸਾਰਿਆਂ ਦਿਲ ਨਾਲ ਫਰਾਂਸ ਟਰੱਕ ਚਲਾ ਨਹੀਂ ਸਕਦੇ ਅਤੇ ਸਾਰਿਆਂ ਦਿਲ ਹੁੰਦਾ ਇਸ ਬਾਰਡਰ 'ਤੇ ਖਲੋ ਇਸ ਤਰ੍ਹਾਂ ਚਲੋ ਅਸੀਂ ਸਪੇਨ ਹੁਣ ਬਾਰਡਰ ਸਾਹਮਣੇ ਪਹੁੰਚ ਰਹੇ ਹਾਂ ਇਹਨਾਂ ਰਾਜ ਟੱਕਰ ਦਾ ਕਿ ਨਹੀਂ ਮੈਂ ਇੱਥੇ ਪੈਟਰੋਲ ਪੰਪ 'ਤੇ 250 ਲੀਟਰ ਮੈਂ ਤੇਲ ਪਵਾ ਲਾਂ ਅਤੇ ਫੁੱਲ ਹੋਏ ਆ ਹਰ ਚੀਜ਼ ਚੈੱਕ ਆਓ ਲੈਣਾ ਲੱਗੀ ਆ ਅਸੀਂ ਹੁਣ ਬਸ ਤੇਲ ਪਵਾ ਕੇ 15 ਮਿੰਟ ਦੀ ਰੈਸਟ ਕਰਨੀ ਰੈਸਟ ਕਰਕੇ ਨਿਕਲਣ ਲੱਗੇ 250 ਲੀਟਰ ਪਵਾਇਆ ਬਸ ਵਾਪਸੀ ਫਿਰ ਪਵਾਉਂਦੇ ਅਸੀਂ ਵਲੰਸੀਆ ਪਹੁੰਚ ਆਏ ਹਾਂ ਇਹ ਵੇਖਾਂ ਮੈਂ ਪਿਛਲੇ ਦਿਨ ਇੱਥੋਂ ਗਾਵਾਂ ਦਾ ਫਾਰਮ ਹੈ ਇੱਥੋਂ ਮੈਂ ਦੁੱਧ ਲੈ ਕੇ ਆ ਇੱਥੋਂ ਫਰੈਸ਼ ਦੁੱਧ ਜਦੋਂ ਵੀ ਆਈਦਾ ਨਾ ਘਰੋਂ ਫਰੈਸ਼ ਦੁੱਧ ਇੱਥੇ ਡੱਬਿਆਂ ਡੁੱਬਿਆਂ ਦਾ ਘੱਟ ਹੀ ਪੀਵੀਦਾ ਫਰੈਸ਼ ਦੁੱਧ ਲੈ ਵੀਦਾ 8-10 ਲੀਟਰ ਲੈ ਜਾਈਦਾ ਹਫ਼ਤਾ ਲੰਘ ਜਾਂਦਾ ਹਫ਼ਤਾ ਕੀ ਲੰਘਦਾ ਫਿਰ ਬਣਾ ਲੈ ਜਾਂਦਾ ਅਤੇ ਹੁਣ ਵਲੰਸੀਆ ਪਹੁੰਚ ਆਏ ਹਾਂ ਇਨਸ਼ਾਅੱਲਾ ਅਗਲੀ ਕਿਧਰੇ ਵੀਡੀਓ 'ਚ ਨਾ ਮੈਂ ਬਣਾਵਾਂਗਾ ਕਿਸ ਤਰ੍ਹਾਂ ਲਸੰਸ ਯੇ ਵੋ
ਸਭ ਕੁਝ ਦੱਸਾਂ ਦਾ ਕਿ ਲਾਇਸੈਂਸ ਇੱਥੇ ਕਿਸ ਤਰ੍ਹਾਂ ਕਰਨਾ ਜੇ ਉਹ ਬੰਦੇ ਆ ਵੀ ਰਹੇ ਨੇ ਦੁਬਈ ਤੋਂ ਇੱਥੇ ਪੋਲੈਂਡ ਲਿਥੁਆਨੀਆ ਉਹ ਵੀ ਚੱਕਰ ਹੈ ਵੇ ਚਲੋ ਅਗਲੀ ਮੈਂ ਕਿਧਰੇ ਵੀਡੀਓ 'ਚ ਦੱਸਾਂਗਾ ਅਤੇ ਇਹ ਵੀਡੀਓ ਚਲੋ ਬਸ ਇਹ ਹੋ ਗਈ 54 ਕਿਲੋਮੀਟਰ ਲੈ ਰਹਿ ਗਿਆ ਲੋਡ ਲਾ ਕੇ ਅਤੇ ਫਿਰ ਘਰ ਫਿਰ ਦੋ ਤਿੰਨ ਦਿਨ ਛੁੱਟੀ ਉਹ ਅੱਜ ਮੌਸਮ ਹੀ ਐਂਡ ਬਣੇ ਆ ਨਾ ਵਾਲੰਸੀਆ ਦਾ ਸਪੇਨ ਦਾ ਮੌਸਮ ਤਾਂ ਕਿਸੇ ਦੁਨੀਆ ਦੇ ਯੂਰਪ ਕਿਸੇ ਮੁਲਕ ਦਾ ਮੌਸਮ ਹੈ ਵਾ ਜਿਹੜੀ ਜੇ ਵਜ੍ਹਾ ਸਪੇਨ ਦਾ ਮੌਸਮ ਹੈ ਚੈੱਕ ਕਰ 28 ਟੈਂਪਰੇਚਰ ਉੱਤੇ ਮੈਂ ਜਰਮਨੀ ਤੋਂ ਹੋ ਕੇ ਆਇਆ ਜਰਮਨੀ 1 ਟੈਂਪਰੇਚਰ ਸੀ ਠੰਡ ਇੱਥੇ ਇਸ ਟਾਈਮ 28 ਟੈਂਪਰੇਚਰ ਬੱਦਲ ਬਣੇ ਨੇ ਐਵੇਂ ਜਿਹਾ ਮੌਸਮ ਹੈ ਇਸ ਵਜ੍ਹਾ ਤੋਂ ਇੰਗਲੈਂਡ ਨੂੰ ਛੱਡ ਆਇਆ ਮੌਸਮ ਦੀ ਵਜ੍ਹਾ ਐਂਡ ਬਾਕੀ ਹਰ ਚੀਜ਼ ਠੀਕ ਹੈ ਵੇ ਮੈਂ ਆਖਾਂ ਵਾਲੰਸੀਆ ਇਹ ਕਿੱਦਾਂ ਡਰਾਈਵਰ ਜਾ ਰਿਹਾ ਇੱਧਰੋਂ ਅਸਾਂ ਸੱਜੇ ਟੁਰ ਜਾਣਾ ਇੱਧਰ ਮੈਡ੍ਰਿਡ ਦੀ ਡਾਇਰੈਕਸ਼ਨ ਇੱਧਰ ਹੀ ਹੈ ਅੱਗੇ ਦੂਸਰਾ ਸੂਬਾ ਮੂਰਸੀਆ ਅੰਦਲੂਸੀਆ ਇੱਥੋਂ ਅਫਰੀਕਾ ਵੀ ਆ ਜਾਂਦਾ ਮਰੋਕੋ ਵੱਲ ਅਰਹੇਲੀਆ ਉਹ ਵੀ ਇੱਧਰੋਂ ਨਿਕਲਦਾ ਅਗਰ ਐਂਟਰੋ ਚੱਲੀਏ ਤਾਂ ਵਾਲੰਸੀਆ ਟੁਰ ਜਾਂਦਾ ਸਿੱਧਾ ਵਾਲੰਸੀਆ ਸ਼ਹਿਰ ਦੇ ਵਿੱਚ ਮਰ ਅਸਾਂ ਇੱਧਰ ਅਲੀਕਾਂਤ ਅਤੇ ਮੈਡ੍ਰਿਡ ਦੀ ਡਾਇਰੈਕਸ਼ਨ ਜਾਣਾ ਇੱਥੋਂ ਸੱਜੇ ਤੱਕੋ ਇੱਥੇ ਵਾਲੰਸੀਆ ਨੂੰ ਕ੍ਰਾਸ ਹੈ ਵਾਲੰਸੀਆ ਸੈਂਟਰ ਟੁਰ ਜਾਂਦਾ ਤਾਂ ਰਿੰਗ ਰੋਡ ਬਣ ਜਾਂਦਾ ਬਾਹਰੋਂ ਬਾਹਰ ਤਾਂ ਅਸੀਂ ਇੱਧਰੋਂ ਜਾਣਾ ਹੁਣ ਅਤੇ ਧੁੱਪ ਚੜ ਗਈ ਹੈ ਅਤੇ ਅਸੀਂ ਕੈਮਰਾ ਹੀ ਤਰਕੋ ਨਹੀਂ ਕਰਨਾ ਮੈਂ ਆਪਣਾ ਟੈਂਟ ਕੀਤੀ ਜੇ ਟੋਪੀ ਕੋਈ ਨਹੀਂ ਪਾਈ ਅਤੇ ਹੁਣ ਬਸ ਤਕਰੀਬਨ 33 ਕਿਲੋਮੀਟਰ ਰਹਿ ਗਏ 33 ਕਿਲੋਮੀਟਰ ਤੋਂ ਬਾਅਦ ਇਨਸ਼ਾਅੱਲਾ ਤਾਲਾ ਅਸੀਂ ਪਹੁੰਚਦੇ ਹਾਂ ਵਾਲੰਸੀਆ ਇਹ ਜਿਹੜਾ ਰੋਡ ਇੰਟਰ ਹੋ ਰਿਹਾ ਇਹ ਸਾਰਾ ਕੁਛ ਹੈ ਸ਼ਹਿਰ ਤਰਵੇਲ ਸਾਰਾ ਕੁਛ ਹੈ ਵੱਡਾ ਸ਼ਹਿਰ ਜੇ ਦੂਸਰਾ ਬਾਰਡਰ ਨਹੀਂ ਜਿਹੜਾ ਕ੍ਰਾਸ ਕਰੀ ਤਾਂ ਪੰਪਲੋਨੇ ਵੱਲੋਂ ਸਪੇਨ ਦਾ ਦੂਸਰਾ ਉਹ ਆ ਕੇ ਇੱਥੇ ਵਾਲੰਸੀਆ ਅਟੈਚ ਹੁੰਦਾ ਤੋ ਇੱਥੇ ਤੁਸੀਂ ਇੱਧਰ ਇੱਧਰੋਂ ਵੀ ਆ ਸਕਦੇ ਹੋ ਮਤਲਬ ਦੋ ਬਾਰਡਰ ਮੇਨ ਨੇ ਜਿਹੜੇ ਸਪੇਨ ਫਰਾਂਸ ਦੇ ਕ੍ਰਾਸ ਹੁੰਦੇ ਨੇ ਮੇਨ ਜਿਹੜੇ ਇੱਕ ਇਹ ਬਾਰਡਰ ਇੱਧਰੋਂ ਆ ਜਾਓ ਸਾਰਾ ਕੁਛ ਹੁੰਦੇ ਆ ਪੰਪਲੋਨ ਸਾਰਾ ਕੁਛ ਜਿੱਥੇ ਸਭ ਨੂੰ ਵੱਡਾ ਮੇਲਾ ਲੱਗਦਾ ਤੋਰੋ ਦਾ ਉਹ ਆ ਕੇ ਇਹ ਰੋਡ ਚੜ੍ਹਦਾ ਇੱਧਰ ਪਹਿਲਾਂ ਹੀ ਅਸੀਂ ਬਹੁਤ ਲੇਟ ਹਾਂ ਅਸਾਂ ਪਹੁੰਚਣਾ ਸੀ ਤਕਰੀਬਨ 3 ਵਜੇ ਲੋਡ ਲਾਉਣਾ ਸੀ ਅਤੇ 3:30 ਹੋ ਗਏ ਨੇ ਤੱਕ ਫਿਰ ਵਾਲੰਸੀਆ ਏਅਰਪੋਰਟ ਦੇ ਕੋਲ ਟ੍ਰੈਫਿਕ ਆ ਗਈ ਇਹਨੇ ਵੀ ਇਸ਼ਾਰਾ ਲਾਇਆ ਇਹਨੇ ਵੀ ਇੱਧਰ ਇੱਦਾਂ ਦਿਲ ਇੰਟਰ ਹੋਵਾਂ ਬਹੁਤ ਅੱਜ ਕੰਮ ਅੱਜ ਬਾਰਸਲੋਨੇ ਤੋਂ ਬਚ ਗਏ ਹਾਂ ਉੱਥੇ ਟ੍ਰੈਫਿਕ ਹੋਣੀ ਸੀ ਅਤੇ ਹੁਣ ਵਾਲੰਸੀਆ ਆ ਕੇ ਟ੍ਰੈਫਿਕ ਆ ਗਈ ਹੈ ਚਲੋ ਇਹ ਤਾਂ ਫਿਰ ਰੋਡ ਦਾ ਕੰਮ ਹੈ ਰੋਡ ਦੇ ਕੰਮ 'ਚ ਹੈ ਤਾਂ ਫਿਰ ਨਾਰਮਲ ਹੁੰਦਾ ਰਹਿੰਦਾ ਚਲੋ ਵਹਿੰਦੇ ਹਾਂ ਅਸੀਂ ਅਗਲੀ ਐਗਜ਼ਿਟ ਲੈਣ ਅਸੀਂ ਇੱਧਰ ਹੋ ਜਾਂਦੇ ਹਾਂ ਅਸੀਂ ਆ ਗਏ ਹਾਂ ਇੱਥੋਂ ਵਾਲੰਸੀਆ ਉੱਥੇ ਪਿੱਛੇ ਵੀ ਵਾਲੰਸੀਆ ਸੀ ਮਗਰ ਸਾਡਾ ਫਰਦ ਕਰ ਰਿੰਗ ਰੋਡ ਨੇ ਉਹਨਾਂ ਦਾ ਢਿੱਡ ਬਣਦਾ ਇੱਥੋਂ ਅਸਾਂ ਇੰਟਰ ਹੋਣਾ ਅਤੇ ਅੱਗੋਂ ਇੱਕ ਐਂਡ ਹੀ ਆ ਜਾਂਦਾ ਸਾਡਾ ਉਹ ਪਹਿਲਾਂ ਪਿੱਛੇ ਜਿਹੜਾ ਜਿੱਥੇ ਸਟਾਰਟ ਸੀ ਇਹ ਹੁਣ ਸੈਂਟਰ ਆ ਗਿਆ ਇੱਥੋਂ ਵਾਲੰਸੀਆ ਇੰਟਰ ਹੋਣਾ ਹੁਣ ਇਹਨਾਂ ਸਾਰਿਆਂ ਉਹ ਮੈਡ੍ਰਿਡ ਅਲੀਕਾਂਤ ਵਾਲੇ ਟੁਰ ਜਾਂਦੇ ਅਤੇ ਅਸੀਂ ਇੱਧਰ ਵਾਲੰਸੀਆ ਵਾਲੇ ਡਾਇਰੈਕਸ਼ਨ ਫੜ ਦੇਣੀ ਹੈ ਏਅਰਪੋਰਟ ਵਾਲੀ ਵੀ ਡਾਇਰੈਕਸ਼ਨ ਮਗਰ ਕੰਸਟਰਕਸ਼ਨ ਲੱਗੀ ਅਤੇ ਇਸ ਵਕਤ ਉਹਨਾਂ ਏਅਰਪੋਰਟ ਵਾਲਾ ਨਾ ਉਹ ਸਿਗਨਲ ਹੁਣ ਕੱਟੇ ਆ ਕਿ ਇੱਧਰੋਂ ਏਅਰਪੋਰਟ ਤੋਂ ਇੰਡ ਜਾ ਸਕਦੇ ਮਗਰ ਏਅਰਪੋਰਟ ਦੀ ਡਾਇਰੈਕਸ਼ਨ ਆਈ ਹੈ ਅਤੇ ਅਸੀਂ ਹੁਣ ਇੱਥੋਂ ਇੱਧਰ ਹੋ ਗਏ ਤਾਂ ਹੁਣ ਘੁੰਮ ਕੇ ਸਿੱਧਾ ਅਸੀਂ ਅੱਜ ਨਾ ਆਏ ਹਾਏ ਵਾਲੰਸੀਆ ਆ ਕੇ ਨਾ ਜਾਣਾ ਆਪਣਾ ਆਪਣਾ ਘਰ ਲੱਗਦਾ ਕਿਉਂ ਹੁਣ ਸਪੇਨ ਹੀ ਇੱਥੇ ਹੋ ਗਏ ਹਾਂ ਇੱਥੇ ਹੀ ਰਹਿਣਾ ਮੁਲਕ ਹੀ ਆਪਣਾ ਹੋਣਾ ਹੈ ਐਵੇਂ ਬੰਦਾ ਆਖੇ ਕਿ ਅਸੀਂ ਪਾਕਿਸਤਾਨ ਹੈ ਤਾਂ ਚਲੋ ਪਾਕਿਸਤਾਨ ਦਾ ਹੀ ਆ ਮਗਰ ਹੁਣ ਜਿੱਥੇ ਜ਼ਿਆਦਾ ਟਾਈਮ ਗੁਜ਼ਰਦਾ ਛੁੱਟੀਆਂ ਹੋਣਾ ਸਾਹਮਣੇ ਵਾਲੰਸੀਆ ਸਾਰਾ ਅਤੇ ਚੈੱਕ ਕਰ ਉਹ ਸਾਹਮਣੇ ਵਾਲੰਸੀਆ ਸਾਰਾ ਬਾਤ ਹੈ ਏਅਰਪੋਰਟ ਵੀ ਆ ਇੱਥੇ ਸਪੀਡ ਐਵੇਂ ਅਤੇ ਹੁਣ ਸਾਹਮਣੇ ਇੱਥੋਂ ਵਾਲੰਸੀਆ ਸਿੱਧਾ ਇੰਟਰ ਹੋਣਾ ਏਅਰਪੋਰਟ ਦੇ ਕੋਲ ਲੋਡ ਲਾ ਕੇ ਅਸੀਂ ਫਿਰ ਘਰ ਚੱਲਦੇ ਇਨਸ਼ਾਅੱਲਾ ਫਿਰ ਹੁੰਦੀ ਹੈ ਗੱਪ ਸ਼ੱਪ ਤੁਹਾਨੂੰ ਵਾਲੰਸੀਆ ਏਅਰਪੋਰਟ ਦੀ ਫਲੈਟ ਲੈਂਦੀ ਵਹਾਈਏ ਉਹ ਨਜ਼ਰ ਆ ਰਹੀ ਉਹ ਫਲੈਟ ਏਅਰਪੋਰਟ 'ਤੇ ਬਿਲਕੁਲ ਹੁਣ ਕਿੱਥੇ ਗਿਆ ਇਹ ਫਲੈਟ ਹੁਣ ਬਸ ਲੈਂਡ ਹੋਣ ਵਾਲੀ ਇੱਥੇ ਇੱਥੇ ਨਾਲ ਹੀ ਏਅਰਪੋਰਟ ਹੈ ਚੈੱਕ ਕਰੋਗੇ ਤੁਸੀਂ ਉਹ ਇੱਥੇ ਅਸੀਂ ਵਾਲੰਸੀਆ ਨੂੰ ਸਾਨੂੰ ਏਅਰਪੋਰਟ ਇਹ ਹੀ ਲੱਗਦਾ ਇੱਕ ਹੋਰ ਏਅਰਪੋਰਟ ਵੀ ਕਸਤੀ ਹੋਣੇ ਨੇ ਉਹਦਾ ਵੀ ਲੱਗਦਾ ਫਾਈਨਲੀ ਕੋਈ ਆ ਰਹੀ ਏਅਰ ਆਵਰ ਡੈਸਟੀਨੇਸ਼ਨ ਇਨ ਵਾਲੰਸੀਆ ਅਸੀਂ ਹੁਣ ਫਿਰ ਲੋਡ ਲਾਵੀਏ ਅਤੇ ਚਲੀਏ ਘਰ ਅਤੇ ਰੈਸਟ ਕਰੀਏ ਦੋ ਤਿੰਨ ਦਿਨ 4 ਦਿਨਾਂ ਬਾਅਦ ਵਾਪਸ ਆ ਗਏ 3 ਦਿਨ ਛੁੱਟੀ ਅਤੇ ਮੌਜਾਂ ਮੌਜਾਂ ਇਹ ਚਾਸੇ ਨਾਲ ਜਰਮਨੀ ਜਾਓ ਸਵਿਟਜ਼ਰਲੈਂਡ ਜਾਓ ਲੋਡ ਲਾਵੋ ਵਾਪਸ ਆਵੋ ਆ ਕੇ 3 ਦਿਨ ਛੁੱਟੀ ਫਿਰ ਜਾਓ 4-5 ਦਿਨ 'ਚ ਲੋਡ 2 ਦਿਨ ਉੱਤੇ ਜਾਓ ਲੋਡ ਲਾਓ ਲੱਦੋ ਵਾਪਸ ਆ ਜਾਓ ਇੱਧਰ ਜਾਣਾ ਨਹੀਂ ਰਾਹ ਦੇ ਰਹੇ ਨਹੀਂ ਰਾਹ ਦੇ ਰਹੇ ਨਹੀਂ ਰਾਹ ਦੇ ਰਹੇ ਦੇ ਹੀ ਪਾਣੇ
ਇਸ ਤਰ੍ਹਾਂ ਅਸੀਂ ਹੁਣ ਚੱਲਦੇ ਹਾਂ, ਜਾ ਕੇ ਲੋਡ ਲਾਉਣੇ ਹਾਂ ਅਤੇ ਫਿਰ ਰੈਸਟ ਰੈਸਟ ਇਜ਼ ਬੈਸਟ। ਆਏ ਹਾਏ ਹਾਏ ਵਲੰਸੀਆ, ਤਾਂ ਵਲੰਸੀਆ ਨਾ ਵਲੰਸੀਆ ਜਾ ਸ਼ਹਿਰ ਕੋਈ ਨਹੀਂ, ਅਤੇ ਨਾ ਸਪੇਨ ਜਾਂ ਮੁਲਾ ਕੇ ਕੋਈ। ਸਾਨੂੰ 5 ਨੰਬਰ ਗੇਟ ਲੱਭਾ, ਇੱਥੇ ਲਾਈਏ ਲੋਡ, ਰਿਵਰਸ ਲਾਈਏ ਅਤੇ ਫਿਰ ਲੋਡ ਲੈ ਜਿਹੜਾ 2 ਘੰਟਿਆਂ। ਅਸਾਂ ਇੱਥੋਂ ਬਰਸਲੋਨੇ ਦੀ ਡਾਇਰੈਕਸ਼ਨ ਫੜਨੀ, ਕਿਉਂ ਮੇਰਾ ਘਰ ਵਲੰਸੀਆ ਤੋਂ ਬਰਸਲੋਨੇ ਦੀ ਡਾਇਰੈਕਸ਼ਨ 'ਤੇ ਵੇ ਨੂਲਸ ਪਿੰਡ। ਮਸਾਂ ਹੀ ਲੋਡ ਲੈ ਤਾਂ ਗਿਆ, 18:51 ਹੋ ਗਏ ਨੇ ਅਤੇ 7:12 ਤੱਕ ਮੇਰੇ ਕੋਲ ਟਾਈਮ ਹੈ ਚਲਾਉਣ ਦਾ, ਅਤੇ ਟਾਈਮ ਵੀ ਮੁੱਕਣ ਵਾਲਾ ਅਤੇ ਅੱਗੋਂ ਰਸ਼ ਵੀ ਬਣ ਗਿਆ ਬਰਸਲੋਨੇ ਦੀ ਡਾਇਰੈਕਸ਼ਨ ਜਾਣਾ, ਅਤੇ ਹੁਣ ਰਸ਼ ਦਾ ਵੀ ਟਾਈਮ ਹੋ ਗਿਆ, ਰਾਤ ਵੀ ਹੋ ਗਈ, ਬੱਦਲ ਵੀ ਵੱਜਦਾ। ਵੇਖ ਇੱਧਰ ਟਰੱਕਾਂ ਦੀਆਂ ਲਾਈਨਾਂ ਵੇਖੋ, ਇਸ ਤਰ੍ਹਾਂ ਦਾ ਟ੍ਰੇਨ ਜਾ ਰਹੀ ਹੈ ਅਤੇ ਇੱਧਰ ਕਾਰਾਂ ਦੀਆਂ ਰਸ਼ ਬਣੇ ਆ। ਇਸ ਟਾਈਮ ਨਾਲ ਹੁਣ ਖੋਲ੍ਹ ਲੈ ਕੇ ਬਸ ਟਾਈਮ ਮੁੱਕਣ ਵਾਲਾ, ਜਿਹਨੂੰ ਮੈਂ ਇੱਥੇ ਬਸ ਇਹ ਚੀਜ਼ ਜੇ ਟਾਈਮ ਮੁੱਕ ਜਾਏ ਤਾਂ ਵੀ ਬੰਦਾ ਮਿਹਰਬਾਨੀ ਹੋ ਰਿਹਾ, ਇੱਧਰ ਵੀ ਰਸ਼ ਆ ਕੀ ਹੈ ਮਿਹਰਬਾਨੀ, ਇਹਨੂੰ ਥੈਂਕ ਯੂ ਕਰੀ, ਇੱਥੇ ਟਰੱਕ ਹੈ ਜੇ ਥੈਂਕ ਯੂ ਐਂ ਹੁੰਦਾ ਹੈ। ਨਿਕਲ ਚਲੀਏ, ਨਾਲ ਦਰਿਆ ਦਰਿਆ ਸੁੱਕਾ ਦਰਿਆ ਹੈ ਇੱਕ ਹਿਸਾਬ ਦਾ, ਨਾਮ ਰੱਖਿਆ ਬਰਸਾਤੀ ਨਾਲੇ ਵਾਸਤੇ ਨਾ ਕਿ ਜ਼ਿਆਦਾ ਬਾਰਿਸ਼ ਹੋਵੇ ਨਾ। ਇੱਥੋਂ ਅਸਾਂ ਅੱਜ ਅੱਜ ਮੌਸਮ ਵੀ ਨਾ ਐਂਡ ਹੋਇਆ ਹੋਏ ਹੋਏ ਅਤੇ ਰਸ਼ ਇਸ ਟਾਈਮ 'ਤੇ ਸਾਰੀ ਗੱਲ ਹੈ, ਹੁਣ 7:00 ਪਿੰਡ ਆਸ਼ਰਮ ਕੰਮਾਂ 'ਤੇ ਛੁੱਟੀ ਹੋ ਰਹੀ ਹੈ ਅਤੇ ਸਾਰੇ ਰਸ਼ ਹੀ ਰਸ਼ ਹੁੰਦਾ, ਅਤੇ ਅਸੀਂ ਹੁਣ ਇੱਥੋਂ ਬਰਸਲੋਨੇ ਦੀ ਡਾਇਰੈਕਸ਼ਨ ਫੜ ਕੇ ਘਰ ਚਲੀਏ, ਅਤੇ ਅੱਗੋਂ ਹੁਣ ਲੋਡ ਤਾਂ ਲੈ ਗਿਆ ਕੀ ਦੱਸਾਂ ਤੁਹਾਨੂੰ ਹੁਣ ਇਸ ਟਾਈਮ ਨਾਲ। ਹੁਣ ਵੇਖੋ ਮੇਰੇ ਕੰਨ ਵੀ ਸੂਹੇ ਹੋਏ ਨੇ, ਟਾਈਮ ਮੁੱਕਣ ਵਾਲਾ ਅਤੇ ਕਿਲੋਮੀਟਰ ਵੀ ਹੈ ਨੇ ਅਤੇ ਪਹੁੰਚਣਾ ਵੀ ਹੈ ਬੱਸ, ਕਿਉਂ ਇੱਥੇ ਜੁਰਮਾਨਾ ਹੁੰਦਾ ਬੜਾ ਲੰਮਾ ਜੁਰਮਾਨਾ ਕਰਦੇ ਨੇ ਕਿ ਤੁਸੀਂ ਇੱਥੇ ਪਹੁੰਚੇ ਬਸ ਹੁਣ ਪਾਰਕਿੰਗ ਵਿੱਚ, ਅਤੇ ਇਹ ਵੇਖੋ 6 ਮਿੰਟ ਰਹਿ ਗਏ ਸਨ ਅਤੇ ਹੁਣ 11 ਘੰਟੇ ਦਾ ਪੌਸਾ ਤੁਖਾਰ ਹੁੰਦਾ ਸੀ, ਅਤੇ ਹੁਣ ਬਸ ਇੱਥੋਂ ਹੁਣ ਘਰ ਚੱਲਾਂ।